ਅੱਜ ਇਸ ਬਹੁਤ ਹੀ ਸ਼ੁਭ ਦਿਹਾੜੇ ਦੇ ਉੱਤੇ ਸਾਡੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਮੇਰੇ ਸਿੱਖਿਆ ਵਿਭਾਗ ਦੇ ਸਾਰੇ ਅਫਸਰ ਸਹਿਬਾਨ ਪ੍ਰੈਸ ਦੇ ਸਾਥੀ ਤੇ ਅੱਜ ਜਿਨ੍ਹਾਂ ਦੇ ਲਈ ਤੁਹਾਡੇ ਸਭ ਦੇ ਲਈ ਉਹ ਦਿਨ ਹੈ ਜਿਸ ਦਾ ਸੁਪਨਿਆ ਜਿਹੜਾ ਸੁਪਨਾ ਤੁਸੀਂ ਕਈ ਚਿਰਾਂ ਤੋਂ ਦੇਖਿਆ ਸੀ ਅੱਜ ਉਹ ਤੁਹਾਡਾ ਪੂਰਾ ਹੋ ਰਿਹਾ ਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਮੇਰੇ ਲਈ ਇਹ ਬੜੀ ਭਾਗਾਂ ਵਾਲੀ ਗੱਲ ਹੈ ਜੀ ਅਸੀਂ ਤਾਂ ਕਦੀ ਸੋਚ ਵੀ ਨਹੀਂ ਸਕਦੇ ਸੀ ਅਸੀਂ ਵੀ ਤੁਹਾਡੇ ਵਾਂਗੂ ਇੱਕ ਸੁਪਨਾ ਦੇਖਿਆ ਸੀ ਮੈਂ ਵੀ ਤੁਹਾਡਾ ਹੀ ਹਮ ਉਮਰ ਹਾਂ ਜੀ ਤੇ ਇੱਕ ਆਮ ਘਰ ਤੋਂ ਆਂਦੇ ਆਂ ਸਧਾਰਨ ਪਰਿਵਾਰ ਤੋਂ ਆਂਦੇ ਆਂ ਸਾਡੇ ਪਰਿਵਾਰ ਦੇ ਵਿੱਚੋਂ ਕਦੀ ਨਹੀਂ ਸੋਚਿਆ ਸੀ ਕਿ ਇਹ ਸਿਰਫ ਆਮ ਆਦਮੀ ਪਾਰਟੀ ਹੈ ਤੇ ਸਿਰਫ ਇਹ ਸਰਦਾਰ ਭਗਵੰਤ ਸਿੰਘ ਮਾਨ ਹੈ ਕਿ ਸਾਡੇ ਵਰਗੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਆਕੇ ਇਲੈਕਸ਼ਨ ਲੜਾਇਆ ਜਿਟਾਇਆ ਐਮ ਐਲ ਏ ਬਣਾਇਆ ਵਿਧਾਨ ਸਭਾ ਦੀਆਂ ਪੌੜੀਆਂ ਚੜਨਾ ਹੀ ਖ਼ਾਬ ਸੀਗਾ ਸਿਰਫ ਉਹ ਨਹੀਂ ਉਸ ਤੋਂ ਬਾਅਦ ਸਭ ਤੋਂ ਅਹਿਮ ਮਹਿਕਮੇ ਸਿੱਖਿਆ ਮਹਿਕਮਾ ਮੇਰੀ ਦਿਲ ਦੀ ਤਮੰਨਾ ਸੀ ਅਗਰ ਮੈਂ ਕਦੀ ਮੰਤਰੀ ਬਨਾ ਤਾਂ ਮੈਂ ਸਿੱਖਿਆ ਮੰਤਰੀ ਬਨਾ ਤੇ ਬਿਨਾ ਮੰਗੇ ਮੰਗਿਆ ਇਹ ਮਹਿਕਮਾ ਦਿੱਤਾ ਤੇ ਮੈਂ ਇਹ ਵੀ ਦੱਸ ਦਵਾ ਜੀ ਯਕੀਨ ਮੰਨਿਓ ਕਿ ਮੁੱਖ ਮੰਤਰੀ ਸਾਹਿਬ ਦੇ ਅਗਰ ਦਿਲ ਦੇ ਕਰੀਬ ਕੋਈ ਸਭ ਤੋਂ ਕਰੀਬ ਕੋਈ ਮਹਿਕਮਾ ਹੈ ਉਹ ਸਿੱਖਿਆ ਮਹਿਕਮਾ ਹੈ ਇੱਕ ਇੱਕ ਚੀਜ਼ ਦੀ ਅਪਡੇਟ ਇੱਕ ਇੱਕ ਚੀਜ਼ ਦੀ ਫਾਈਲ ਛੋਟੀ ਤੋਂ ਛੋਟੀ ਗੱਲ ਛੋਟੀ ਤੋਂ ਛੋਟੀ ਗੱਲ ਸਕੂਲਾਂ ਦੇ ਵਿੱਚ ਗੇਟਕੀਪਰ ਤੋਂ ਲੈ ਕੇ ਟਾਪ ਦੇ ਪ੍ਰਿੰਟ ਸਭ ਕੁਝ ਮੁੱਖ ਮੰਤਰੀ ਸਾਹਿਬ ਆਪ ਧਿਆਨ ਦਿੰਦੇ ਨੇ ਉਲਟਾ ਜੇ ਮੇਰੇ ਤੋਂ ਕਦੀ ਵੀ ਡੇਰੀ ਹੋ ਜਾਵੇ ਕਹਿੰਦੇ ਕਿ ਉਹਦਾ ਕੀ ਬਣਿਆ ਕਿਉਂ ਨਹੀਂ ਬਣਿਆ ਤਾਂ ਇਹ ਜਦੋਂ ਸਰਕਾਰ ਦੀ ਨਹੀਂ ਲਗਨ ਹੋਵੇ ਤਾਂ ਮੈਨੂੰ ਪੂਰਨ ਯਕੀਨ ਹੈ ਜੋ ਸੁਪਨਾ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਸਿੱਖਿਆ ਤੇ ਸਿਹਤ ਨੂੰ ਲੈ ਕੇ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਾਫੀ ਹੱਦ ਤੱਕ ਸਰਕਾਰ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੂੰ ਹੋਰ ਵੀ ਸਾਰੇ ਤੁਸੀਂ ਵੀ ਹੋਂ ਇਸ ਪਰਿਵਾਰ ਦਾ ਹਿੱਸਾ ਹੋ ਤੁਹਾਡੇ ਤੁਹਾਨੂੰ ਸਭ ਨੂੰ ਵੀ ਮਿਹਨਤ ਕਰਨੀ ਹੈ ਆਪਾਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਸਕਾਰ ਕਰਨਾ ਜਦੋਂ ਮੈਨੂੰ ਇਹ ਮਹਿਕਮਾ ਮਿਲਿਆ ਤਾਂ ਮੁਬਾਰਕਾਂ ਘੱਟ ਤੇ ਚਿੰਤਾਵੱਧ ਲੋਕਾਂ ਨੇ ਇਹ ਕਿਹਾ ਮੈਂ ਤਾਂ ਅਕਸਰ ਹੀ ਕਹਿੰਦਾ ਹੁੰਦਾ ਕਿ ਅੱਛਾ ਜੀ ਇਹ ਤਾਂ ਧਰਨੇ ਵਾਲਾ ਮਹਿਕਮਾ ਹੈ ਤੇ ਮੈਂ ਸੋਚਦਾ ਸੀ ਕਿੰਨੀ ਮਾੜੀ ਗੱਲ ਹੈ ਕਿ ਜਿਸ ਮਹਿਕਮੇ ਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਸਕੂਲਾਂ ਤੋਂ ਬਿਨਾ ਸਿੱਖਿਆ ਤੋਂ ਬਿਨਾ ਕਿਸੇ ਦੀ ਕੋਈ ਜੀਵਨ ਨਹੀਂ ਸੁਧਰ ਸਕਦਾ ਜਿਸ ਮਹਿਕਮੇ ਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਉਸ ਮਹਿਕਮੇ ਨੂੰ ਧਰਨੇ ਵਾਲਾ ਮਹਿਕਮਾ ਕਿਹਾ ਗਿਆ ਤਾਂ ਮੈਂ ਇਕ ਬੇਨਤੀ ਕੀਤੀ ਸੀ ਆਪਣੇ ਸਾਰੇ ਡਿਪਾਰਟਮੈਂਟ ਨੂੰ ਤੇ ਮੈਂ ਸਮਝਦਾ ਕਿ ਸਾਰੇ ਟੀਚਰਸ ਨੇ ਸਾਰੇ 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 ਜਥੇਬੰਦੀਆਂ ਨੇ ਸਾਰੇ ਸਟਾਫ ਨੇ ਬਹੁਤ ਵੱਡਾ ਦਿਲ ਕਰਕੇ ਸਾਡਾ ਸਾਥ ਦਿੱਤਾ ਤੇ ਅੱਜ ਮੈਂ ਇਸ ਮੰਚ ਤੋਂ ਆਪਣੇ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਸਾਰੇ ਟੀਚਰਸ ਦਾ ਸਾਰੇ ਟੀਚਰ ਯੂਨੀਅਨਸ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਨਾਂ ਨੇ ਸਾਥ ਦਿੱਤਾ ਤੇ ਅੱਜ ਅਸੀਂ ਕਹਿ ਸਕਦੇ ਹਾਂ ਇਹ ਵਿਭਾਗ ਕਾਫੀ ਹੱਦ ਤੱਕ ਜਿਹੜਾ ਹੈ ਧਰਨਾ ਮੁਕਤ ਵਿਭਾਗ ਬਣ ਚੁੱਕਿਆ ਹੈ ਇੱਕ ਬੜੀ ਵੱਡੀ ਅਚੀਵਮੈਂਟ ਹੈ ਦੂਜਾ ਪਿਛਲੇ 1 ਸਾਲ ਦੇ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਕਦਮ ਇਸ ਮੈਕਮੇ ਦੇ ਵਿੱਚ ਚੱਕੇ ਗਏ ਨੇ ਜਿਨ੍ਹਾਂ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਜਿਹੜੀ ਟੀਚਰਸ ਦੀ ਕਮੀ ਸੀ ਬਹੁਤ ساری ਨਵੀਂ ਭਰਤੀਆਂ 6 35 41 48 ਮਾਸਟਰ ਉਸ ਤੋਂ ਬਾਅਦ 999 ਦਾ ਐਗਜ਼ਾਮ ਹੋਇਆ ਇਹ ਕੰਪਲੀਟ ਹੋ ਚੁੱਕੀਆਂ ਥੋੜਾ ਥੋੜਾ ਪ੍ਰੋਸੈਸ ਰਹਿੰਦਾ ਮੈਂ ਇਸ ਮਸਤੇ ਵੀ ਦੱਸਣਾ ਚਾਹੁੰਗਾ ਬਹੁਤ ਸਾਰੇ ਨੌਜਵਾਨ ਮੈਨੂੰ ਮੈਸੇਜ ਕਰਦੇ ਨੇ ਕਈ ਵਾਰੀ ਕੁਝ ਕਾਨੂੰਨੀ ਅਰਚਨਾ ਕਰਕੇ ਕਿ ਤੁਹਾਨੂੰ ਨਿਉਕਤੀ ਪੱਤਰ ਮਿਲ ਗਿਆ ਜਾਂ ਤੁਸੀਂ ਪਾਸ ਹੋ ਗਏ ਥਾਉਂ ਲੱਗਦਾ ਸਾਡੀ ਨੌਕਰੀ ਹੋਗੀ ਪਰ ਕਈ ਵਾਰੀ ਕੁਝ ਲੀਗਲ ਦਿੱਕਤਾਂ ਆ ਜਾਂਦੀਆਂ ਤੇ ਸਾਡਾ ਡਿਪਾਰਟਮੈਂਟ ਦਿਨ ਰਾਤ ਮਿਹਨਤ ਕਰਕੇ ਮੈਂ ਆਪਣੇ ਅਸਰ ਸਹਿਬਾਨਾਂ ਨੂੰ ਵੀ ਤੇ ਸਾਰੇ ਮਹਿਕਮੇ ਦੇ ਉਸ ਉਹਨਾਂ ਅਧਿਕਾਰੀਆਂ ਨੂੰ ਜਿਨੇ ਦਿਨ ਰਾਤ ਮਿਹਨਤ ਕਰਕੇ ਫਿਰ ਵੀ ਬਚਾਇਆ ਪਿਛਲੀ ਸਰਕਾਰਾਂ ਚ ਕੀ ਹੁੰਦਾ ਸੀ ਕਿ ਭਰਤੀਆਂ ਹੁੰਦੀਆਂ ਸੀ ਤੇ ਭਰਤੀਆਂ ਕੈਂਸਲ ਹੋ ਜਾਂਦੀਆਂ ਸੀ ਜਾਂ 10 10 ਮੇਰੇ ਕੋਲ ਕੋਈ ਨੌਜਵਾਨ ਆਂਦੇ ਜਿਹਨਾਂ 2011 ਤੋਂ ਭਰਤੀ ਅਜੇ ਤੱਕ ਕੰਪਲੀਟ ਨਹੀਂ ਹੋ ਸਕੀ ਪਰ ਇਹ ਸਾਡੀ ਕਾਮਯਾਬੀ ਹੈ ਕਿ ਲੀਗਲ ਅਰਸ਼ਨਾ ਤੋਂ ਵੀ ਬਚਾ ਕੇ ਅਸੀਂ ਉਹ ਭਰਤੀਆਂ ਬਚਾਈਆਂ ਵੀ ਦੀ ਆਲਮੋਸਟ ਪੂਰੀਆਂ ਹੋ ਚੁੱਕੀਆਂ ਬਹੁਤ ਜਲਦੀ ਜਿਵੇਂ 64 ਪੈਂਟੀ ਦੇ ਕੁਝ ਬੱਚੇ ਰਹਿੰਦੇ ਨੇ ਉਹਨਾਂ ਨੂੰ ਅਸੀਂ ਦੇ ਦਾਂਗੇ ਕਿਆਲੀ ਕਾਰਡ ਦੇ ਅਲੋਟਮੈਂਟ ਬਹੁਤ ਜਲਦੀ ਅਸੀਂ ਸ਼ੁਰੂ ਕਰਨ ਵਾਲੇ ਆ ਇੱਕ ਵਾਰੀ ਤਾਂ ਇਦਾਂ ਸੰਕਟ ਆ ਗਿਆ ਸੀ ਲੱਗਦਾ ਸੀ ਸ਼ਾਇਦ ਸਾਰੀ ਪਰ ਉਸ ਨੂੰ ਤੁਸੀਂ ਐਜ਼ ਆ ਮੰਨ ਕੇ ਰੱਖਿਓ ਜੀ ਸਾਡਾ ਸਾਰੇ ਡਿਪਾਰਟਮੈਂਟ ਸਾਨੂੰ ਅਸੀਂ ਦਿਨ ਰਾਤ ਮਿਹਨਤ ਕਰਦੇ ਆ 8996 ਨੂੰ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਿਕਰੂਟਮੈਂਟ ਬੋਰਡ ਨੂੰ ਹੋਰ ਬਹੁਤ ਜ਼ਿਆਦਾ ਸਟਰੋਂਗ ਕਰਾਂਗੇ ਇੱਕ ਸਾਲ ਦੇ ਵਿੱਚ ਮੈਂ ਵੀ ਬਹੁਤ ਕੁਝ ਸਿੱਖਿਆ ਕਿ ਕੀ ਕੀ ਕਮੀਆਂ ਰਹਿੰਦੀਆਂ ਸੀ ਤੇ ਕੋਸ਼ਿਸ਼ ਕਰਾਂਗੇ ਅੱਗੇ ਤੋਂ ਕਦੀ ਵੀ ਕਿਸੇ ਭਰਤੀ 'ਚ ਕੋਈ ਵੀ ਲੀਗਲ ਦਿੱਕਤ ਆਵੇ ਹੀ ਨਾ ਤਾਂ ਕਿ ਕੋਈ ਹਾਈ ਕੋਰਟ ਕੋਈ ਸੁਪਰੀਮ ਕੋਰਟ ਕੋਈ ਨੈਸ਼ਨਲ ਕਮਿਸ਼ਨ ਕੋਈ ਵੀ ਕੋਈ ਚੈਲੇਂਜ ਨਾ ਕਰ ਸਕੇ ਉਹਨਾਂ ਨੂੰ ਸੁਧਾਰ ਕਰਨ ਦੀ ਲੋੜ ਹੈ ਉਹ ਸੁਧਾਰ ਅਸੀਂ ਰਿਕਰੂਟਮੈਂਟ ਵੋਟ 'ਚ ਵੀ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਸਿੱਖਿਆ ਪ੍ਰੋਵਾਈਡਰਸ ਨੂੰ ਪੱਕੇ ਕਰਨ ਦਾ ਉਹ ਆਲਮੋਸਟ ਕਾਫੀ ਹੱਦ ਤੱਕ ਪੂਰਾ ਹੋ ਚੁੱਕਿਆ ਹੈ ਤੇ ਮੈਨੂੰ ਯਕੀਨ ਹੈ ਜਿਵੇਂ ਅੱਜ ਦਾ ਦਿਨ ਹੈ ਉਵੇਂ ਇੱਕ ਦਿਨ ਆਊਗਾ ਜਦੋਂ ਬਹੁਤ ਜਲਦੀ ਜਦੋਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਹੱਥਾਂ ਤੋਂ ਸਾਰੇ ਜਿਹੜੇ ਕੱਚੇ ਟੀਚਰਸ ਆ ਜੋ 15-15 20-20 ਸਾਲਾਂ ਤੋਂ 12-12 ਸਾਲਾਂ ਤੋਂ ਡਾਂਗਾ ਸਹਰੇ ਆ ਲਾਠੀਆਂ ਖਾਰੇ ਨੇ ਉਹਨਾਂ ਦਾ ਸੁਪਨਾ ਜਿਹੜਾ ਪੂਰਾ ਹੋ ਜੂਗਾ ਉਹ ਜਿਹੜਾ ਸੁਪਨਾ ਸੁਭਾਗਾ ਦਿਨਾ ਅਸੀਂ ਸਾਰੇ ਲੱਗੇ ਹੋਏ ਕਿ ਬਹੁਤ ਜਲਦੀ ਉਹ ਦਿਨ ਵੀ ਆਵੇ ਇਸ ਦੇ ਨਾਲ ਸਕੂਲਾਂ ਦੇ ਵਿੱਚ ਹੋਰ ਬਹੁਤ ਸਾਰੇ ਸੁਧਾਰ ਜਿਵੇਂ ਸਕੂਲ ਆਫ ਫੈਮਿਨੈਂਸ ਇੱਕ ਡ੍ਰੀਮ ਪ੍ਰੋਜੈਕਟਰ ਤੇ ਮੈਂ ਤੁਹਾਨੂੰ ਇੱਥੇ মিডিਆ ਦੇ ਸਾਥੀ ਵੀ ਬੈਠੇ ਮੈਂ ਦੱਸਣਾ ਚਾਹੂੰਗਾ ਕਿ ਸਕੂਲ ਆਫ ਫੈਮਿਨੈਂਸ ਦਾ ਜਿਹੜਾ ਪਹਿਲਾ ਹੀ ਸਾਲ ਹੈ ਹਾਲਾਂਕਿ ਜਦੋਂ ਤੁਸੀਂ ਚੀਜ਼ ਕੋਈ ਲਾਂਚ ਕਰਦੇ ਹੋ ਹਾਜ ਉਸਦੀ ਪਤਾ ਨਹੀਂ ਹੁੰਦਾ ਕਿੰਨਾ ਕਾਮਯਾਬ ਹੋਊਗਾ ਕਿਵੇਂ ਐਡ ਹੈ ਪਰ ਉਸ ਤੋਂ ਬਿਨਾ ਵੀ ਸਕੂਲ ਆਫ ਐਮੀਨੈਂਸ ਦੇ ਵਿੱਚ 1 ਲੱਖ ਤੋਂ ਵੱਧ ਬੱਚਿਆਂ ਨੇ ਅਪਲਾਈ ਕੀਤਾ ਸੀ ਦਾਖਲੇ ਦੇ ਲਈ ਜਦਕਿ ਸੀਟਾਂ ਸਿਰਫ 18-19 ਹਜ਼ਾਰ 1 ਲੱਖ ਤੋਂ ਵੱਧ ਬੱਚਿਆਂ ਨੇ ਪਹਿਲੇ ਸਾਲ ਹੀ ਅਪਲਾਈ ਕੀਤਾ ਤੇ ਜਿਹੜਾ 26 ਮਾਰਚ ਨੂੰ 9ਵੀਂ ਕਲਾਸ ਦਾ ਜਮਾਤ ਦਾ ਪੇਪਰ ਹੋਇਆ ਉਸ ਪੇਪਰ ਦੇ ਵਿੱਚ ਵੀ ਤਕਰੀਬਨ 30 ਹਜ਼ਾਰ ਬੱਚਿਆਂ ਨੇ ਪੇਪਰ ਦਿੱਤਾ ਜੋ ਕਿ ਇੱਕ ਬਹੁਤ ਵੱਡਾ ਸਕੂਲ ਆਫ ਐਮੀਨੈਂਸ ਦੇ ਲਈ ਹੁਣੇ ਤੋਂ ਬਹੁਤ ਕ੍ਰੇਜ਼ ਹੈ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਾਂ ਕਿ ਅਗਲੇ 2 ਸਾਲਾਂ ਦੇ ਵਿੱਚ ਸਕੂਲ ਆਫ ਐਮੀਨੈਂਸ ਪੰਜਾਬ ਦੇ ਬੈਸਟ ਸਕੂਲ ਹੋਣਗੇ ਕੋਈ ਪ੍ਰਾਈਵੇਟ ਸਕੂਲ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕੂਗਾ ਹਰ ਮਾਂ-ਬਾਪ ਦਾ ਇਹ ਸੁਪਨਾ ਹੋਊਗਾ ਕਿ ਸਾਡੇ ਬੱਚੇ ਦਾ ਦਾਖਲਾ ਸਕੂਲ ਆਫ ਐਮੀਨੈਂਸ ਛੋ ਸਕੇ bizness blaster ਸਿੱ ਕੈਂਪੇਨ ਚੱਲ ਰਹੀ ਹੈ ਅਗਲੇ ਮਹੀਨੇ ਅਸੀਂ ਪ੍ਰੋਗਰਾਮ ਕਰਾਂਗੇ ਇਸ ਸਾਲ ਜਿਨ੍ਹਾਂ ਬੱਚਿਆਂ ਨੇ bizness blaster ਸਿੱਸਾ ਲਿਆ ਸੀ ਤੋਂ ਸਾਰਾ ਪੰਜਾਬ ਦੇਖ ਕੇ ਹੈਰਾਨ ਰਹੇਗਾ ਕਿ ਕਿੰਨਾ ਟੈਲੈਂਟ ਹੈ ਸਾਡੇ ਆਮ ਘਰਾਂ ਦੇ ਬੱਚਿਆਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਕਿੰਨਾ ਉਹਨਾਂ ਦੇ ਵਿੱਚ ਐਂਟਰਪ੍ਰੀਨਿਅਰਸ਼ਿਪ ਹੈ ਤੇ ਉਸਾਰਾ ਅਗਲੇ ਹਫ਼ਤੇ ਅਸੀਂ ਉਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਕੂਲਾਂ ਦੇ ਲਈ ਇਸ ਸਾਲ ਤੋਂ ਸਰਕਾਰੀ ਸਕੂਲਾਂ ਦੇ ਬਾਹਰ ਚੌਕੀਦਾਰ ਵੀ ਤੁਹਾਨੂੰ ਦੇਖਣਗੇ ਸਿਕਿਉਰਟੀ ਗਾਰਡ ਦੇਖਣਗੇ ਸਾਰੇ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਹੈ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ 2000 ਦੇ ਕਰੀਬ ਹਰ ਸੀਨੀਅਰ ਸੈਕੰਡਰੀ ਸਕੂਲ 'ਚ ਕੈਂਪਸ ਮੈਨੇਜਰ ਜਿਸ ਦਾ ਕੰਮ ਸਿਰਫ ਇਹ ਹੋਊਗਾ ਸਕੂਲ ਦੀ ਦੇਖਭਾਲ ਕਰਨਾ ਕੋਈ ਕੁਇਕ ਸਿੱਟ ਕਲਾਸਰੂਮ ਦੇ ਵਿੱਚ ਕੋਈ ਟਿਊਬ ਲਾਈਟ ਖਰਾਬ ਹੋ ਗਈ ਕਿਤੇ ਕੋਈ ਦਵਾ ਟੁੱਟ ਗਈ ਕਿਤੇ ਕੋਈ ਨਲਕਾ ਲੀਕ ਹੈ ਸਾਰੇ ਸਕੂਲ ਦੀ ਸਾਫ ਸਫਾਈ ਸਾਰੇ ਸਕੂਲ ਨੂੰ ਮੈਨੇਜ ਕਰਨਾ ਹੈ ਕੈਂਪਸ ਮੈਨੇਜਰ ਦੀ ਪੋਸਟ ਅਸੀਂ ਨਵੀਂ ਲੈ ਕੇ ਆ ਰਹੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਗਲੇ 1.5 ਤੋਂ 2 ਮਹੀਨੇ ਚ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਕਿ ਜਿੰਨੇ ਸਾਡੇ ਟੀਚਰਸ ਨੇ ਉਹਨਾਂ ਤੋਂ ਕੋਈ ਵੀ ਜਿਹੜਾ ਹੈ ਗੈਰ ਵਿਦਿਅਕ ਕੰਮ ਨਾ ਕਰਾਇਆ ਜਾਵੇ ਚਾਹ ਬੀ ਐਲਓ ਵਾਲਾ ਹੋਵੇ ਹੋਰ ਹੋਵੇ ਇਸ ਦੇ ਉੱਤੇ ਵੀ ਸਾਡਾ ਕ੍ਰਾਂਤੀਕਾਰੀ ਕੰਮ ਚੱਲ ਰਿਹਾ ਇਸ ਤੋਂ ਇਲਾਵਾ ਇਸ ਸਾਲ ਅਗਲੇ 3-4 ਮਹੀਨੇ ਦੇ ਵਿੱਚ ਬਹੁਤ ਸਾਰੇ ਸਕੂਲ ਜੋ ਖੰਡਰ ਹਲਾਤਾਂ ਜਿਸੀਏ ਇੱਕ ਇੱਕ ਦੀ ਤਸਵੀਰ ਤੁਹਾਨੂੰ ਪੁਰਾਣੀ ਵੀ ਦਿਖਾਵਾਂਗੇ ਸਮਾ ਵੀ ਦਿਖਾਵਾਂਗੇ ਕਿੰਨੇ ਪੈਸੇ ਕਿੰਨੀ ਗ੍ਰਾਂਟ ਸਾਡੀ ਸਰਕਾਰ ਨੇ ਦਿੰਦੀ ਹੈ ਉਹ ਖੰਡਰ ਪੇ ਸਕੂਲ ਪਿੰਡਾਂ ਦੇ ਉਹ ਜੂਨ ਜੁਲਾਈ ਤੱਕ ਕਾਫੀ ਖੰਡਰ ਪੇ ਸਕੂਲ ਜਿਹੜੇ ਉਹ ਨਵੇਂ ਬਣ ਕੇ ਤਿਆਰ ਹੋ ਜਾਣਗੇ ਤੇ ਉਹ ਜਿਹੜਾ ਹੈ ਜਿਵੇਂ ਜੋ ਸਾਡਾ ਸੁਪਨਾ ਸੀ ਕਿ ਸਰਕਾਰੀ ਸਕੂਲ ਸਾਡੀ ਸ਼ਾਨ ਹੋਣ ਉਹ ਹੁਣ ਮੇਗਾ ਪੀਟੀਐਮ ਹੋਈ ਹੈ ਜੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਤਕਰੀਬਨ 19 ਲੱਖ ਮਾਪੇ ਮਾਤਾ ਪਿਤਾ ਨੇ ਦਸੰਬਰ ਜੁੜੀ ਹੋਈ ਸੀ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਸ ਤੋਂ ਵੀ ਸ਼ਾਨਦਾਰ ਪੇਰੈਂਟ-ਟੀਚਰ ਮੀਟਿੰਗ ਸਾਡੇ ਸਰਕਾਰੀ ਸਕੂਲਾਂ 'ਚ ਹੋਣ ਲੱਗ ਗਈ ਇਸ ਕਰਕੇ ਇਹ ਉਹ ਨਾਲੇ ਦੂਜੀ ਗੱਲ ਹੈ ਜੀ ਇਹ ਵਿਭਾਗ ਉਹ ਹੈ ਜਿਵੇਂ ਮੈਂ ਕਿਹਾ ਕਿ ਸਭ ਤੋਂ ਪਵਿੱਤਰ ਵਿਭਾਗ ਹੈ ਇਸ ਕਰਕੇ ਤੁਸੀਂ ਬਹੁਤ ਖੁਸ਼ਕਿਸਮਤ ਹੋ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੈ ਕਿ ਤੁਸੀਂ ਇਸ ਵਿਭਾਗ 'ਚ ਆਏ ਹੋ ਮੇਰੀ ਤੁਹਾਨੂੰ ਇੰਨੀ ਕੀ ਬੇਨਤੀ ਹੈ ਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਸਾਡਾ ਸਾਰਾ ਪਰਿਵਾਰ ਹੈ ਤੇ ਉਸ ਪਰਿਵਾਰ 'ਚ ਤੁਸੀਂ ਅੱਜ ਮੈਂਬਰ ਬਣਨ ਲੱਗੇ ਹੋ ਸਾਡਾ ਇੱਕੋ ਮਿਸ਼ਨ ਹੈ ਕਿ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬੀਆਂ ਨੂੰ ਜੋ ਆਸ ਹੈ ਸਾਡੇ ਤੋਂ ਅਸੀਂ ਉਸ ਆਸ ਤੇ ਉੱਤੇ ਉਸ ਉਮੀਦ ਦੇ ਉੱਤੇ ਖਰਾ ਉਤਰਨਾ ਤੇ ਆਪਣੇ ਸਿੱਖਿਆ ਭਾਗ ਦਾ ਨਾਮ ਉੱਚਾ ਕਰਨਾ ਤੇ ਕੋਈ ਵੀ ਬੱਚਾ ਪੰਜਾਬ ਦਾ ਕੋਈ ਵੀ ਬੱਚਾ ਇਦਾਂ ਦਾ ਨਾ ਰਹੇ ਜੋ ਵਿੱਦਿਆ ਤੋਂ ਵਾਂਝਾ ਰਹਿ ਜਾਵੇ ਕੋਈ ਵੀ ਮਾਤਾ ਪਿਤਾ ਦੇ ਦਿਲ ਦੇ ਵਿੱਚ ਇਹ ਚੀਜ਼ ਨਾ ਰਹੇ ਜਾ ਕਿਸੇ ਬੱਚੇ ਦੇ ਮਨ 'ਚ ਇਹ ਤਮੰਨਾ ਨਾ ਰਹੇ ਜਾਵੇ ਕਿ ਜੇਕਰ ਮੇਰੇ ਮਾਤਾ ਪਿਤਾ ਅਮੀਰ ਹੁੰਦੇ ਮੈਂ ਵਧੀਆ ਸਕੂਲ 'ਚ ਪੜ ਲੈਂਦਾ ਅਸੀਂ ਆਪਣੇ ਸਰਕਾਰੀ ਸਕੂਲ ਇੰਨੇ ਸ਼ਾਨਦਾਰ ਬਣਾਣੇ ਹਨ ਤਾਂ ਕਿ ਕੋਈ ਵੀ ਬੱਚੇ ਨੂੰ ਕਰੀ ਇਹ ਨਾ ਲੱਗੇ ਕਿ ਮੈਨੂੰ ਵਧੀਆ ਸਕੂਲ ਨਹੀਂ ਮਿਲਿਆ ਇਹੀ ਟੀਚਾ ਤੇ ਇਸ ਟੀਚੇ ਦੇ ਵਿੱਚ ਇਸ ਮਿਸ਼ਨ ਦੇ ਵਿੱਚ ਮੈਨੂੰ ਆਪ ਸਭ ਦੀ ਜ਼ਰੂਰਤ ਹੈ ਮੈਂ ਉਮੀਦ ਕਰਦਾ ਹਾਂ ਤੁਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਤੇ ਇਸ ਸੁਪਨੇ ਦੇ ਨਾਲ ਜਿਹੜਾ ਸਾਡਾ ਸਾਂਝਾ ਸੁਪਨਾ ਹੈ ਇਸ ਨੂੰ ਆਪਾਂ ਇਕੱਠੇ ਮਿਲ ਕੇ ਦਿਨ ਰਾਤ ਮਿਹਨਤ ਕਰਕੇ ਸਾਕਾਰ ਕਰਾਂਗੇ ਇੱਕ ਵਾਰੀ ਦੁਬਾਰਾ ਆਪ ਸਭ ਨੂੰ ਬਹੁਤ ਮੁਬਾਰਕਬਾਦ ਤੇ ਇਹ ਵੀ ਕਮਾਲ ਹੈ ਮੈਂ ਵੀ ਕਈ ਵਾਰੀ ਮੁੱਖ ਮੰਤਰੀ ਸਾਹਿਬ ਦੇ ਨਾਲ ਇਨ ਸਮਾਗਮਾਂ ਚ ਆਇਆ ਪਰ ਮੈਨੂੰ ਇਹ ਲੱਗਦਾ ਹਰ ਹਫਤੇ ਮਿਨਿਮਮ ਮੇਰੇ ਖਲ 10 ਦਿਨ ਦੀ ਐਵਰੇਜ ਹੋਣੀ ਪਹਿਲੀ ਸਰਕਾਰ ਹੈ ਕਿ ਜੋ ਹਰ 10 ਦਿਨ ਦੇ ਬਾਅਦ ਜਿਹੜਾ ਰੋਜ਼ਗਾਰ ਐਗਜ਼ੈਕਟ ਜਿਹੜੇ ਆ ਜਿਹੜੇ ਜੁਆਇਨਿੰਗ ਲੈਟਰਸ ਨੇ ਨਿਯੁਕਤੀ ਪੱਤਰ ਹੈ ਉਹ ਨੌਜਵਾਨਾਂ ਦੇ ਹੱਥ ਫੜਾਉਂਦੇ ਤੁਹਾਨੂੰ ਦੇਖ ਕੇ ਹੋਏ ਜੁਰ ਤੁਹਾਡੇ ਸਭ ਦੇ ਜੁਰ ਤੁਹਾਡੇ ਸਭ ਦੇ ਮੈਂ ਚਿਹਰੇ ਦੇਖ ਰਿਹਾ ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ 250 ਸੁਪਨੇ ਮਾਨ ਸਾਹਿਬ ਨੇ ਸਾਕਾਰ ਕਰਤੇ ਹੋਣ ਇਹਨਾਂ ਦੇ ਪਰਿਵਾਰਾਂ ਦੇ ਜੋ ਖੁਸ਼ੀਆਂ ਤੁਹਾਡੇ ਰਿਸ਼ਤੇਦਾਰਾਂ ਚੋਂ ਖੁਸ਼ੀਆਂ ਅੱਗੇ ਤਾਂ ਸਿਰਫ ਨਾਰੇ ਸਿਰਫ ਲਾਰੇ ਲੱਗਦੇ ਸੀ ਜਾਂ ਸਿਰਫ ਝੂਠੇ ਹੁੰਦੇ ਸੀ ਘਰ ਘਰ ਰੋਜ਼ਗਾਰ ਪਰ ਅਸਲੀ ਜਿਹੜਾ ਘਰ ਘਰ ਰੋਜ਼ਗਾਰ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਰਿਹਾ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੀ ਇੰਨੀ ਸਰਕਾਰੀ ਨੌਕਰੀਆਂ 1 ਸਾਲ ਚ ਮਿਲੀਆਂ ਹੋਣ ਤੇ ਮੈਨੂੰ ਉਹ ਵੀ ਯਾਦ ਹੈ ਮੈਨੂੰ ਇਹ ਵੀ ਯਾਦ ਹੈ ਕਿਉਂਕਿ ਮੈਂ ਉਸ ਕੈਬਨਿਟ ਦਾ ਹਿੱਸਾ ਸੀ ਜਿਹੜੀ ਪਹਿਲੀ ਕੈਬਨਿਟ ਹੋਈ ਮਾਨ ਸਾਹਿਬ ਦੀ ਇਤਿਹਾਸਿਕ ਕੈਬਨਿਟ ਉਸ ਦੇ ਵਿੱਚ ਪਹਿਲਾ ਫੈਸਲਾ ਵੀ ਸਰਕਾਰੀ ਨੌਕਰੀਆਂ ਦੇਣ ਦਾ ਸੀਗਾ ਤਾਂ ਇਸ ਕਰਕੇ ਮੈਂ ਤਾਂ ਅਕਸਰ ਇਹ ਸੋਚਦਾ ਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਉਹ ਸੁਪਨਾ ਹੈ ਪੰਜਾਬੀਆਂ ਦਾ ਉਹ ਉਮੀਦ ਸੀ ਪੰਜਾਬੀਆਂ ਦੀ ਜਿਹੜੀ ਪੰਜਾਬੀ ਕਈ ਸਾਲਾਂ ਤੋਂ ਹਰ ਵਾਰ ਇਲੈਕਸ਼ਨ ਦੇ ਵਿੱਚ ਦੇਖਦੇ ਸੀ ਕਿ ਇਸ ਵਾਰੀ ਬਦਲਾਅ ਆਊਗਾ ਪਰ ਪੰਜਾਬੀਆਂ ਦੀ ਪਰਮਾਤਮਾ ਨੇ ਅਕਾਲ ਪੁਰਖ ਨੇ ਸੁਣੀ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਮਿਹਨਤ ਦੇ ਨਾਲ ਬਹੁਤ ਮਿਹਨਤ ਦੇ ਨਾਲ ਅਕਸਰ ਮੈਂ ਸੋਚਦਾ ਹੁੰਦਾ ਜਦੋਂ ਸਰਕਾਰੀ ਅਫਸਰ ਵੀ ਆਪਣੇ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਹੀ ਮਾਨ ਸਾਹਿਬ ਕਈ ਕੰਮ ਕਰ ਦਿੰਦੇ ਆ ਹੁਣ ਜਦੋਂ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਕਈ ਮੀਟਿੰਗਾਂ ਹਿਮਾਚਲ ਦੇ ਸੀਐਮ ਨੂੰ ਬਹੁਤ ਯਾਨੀ ਇੰਨਾ ਮਿਹਨਤੀ ਸੀਐਮ ਅਜੇ ਤੱਕ ਅਕੀ ਕਿਸੇ ਸਟੇਟ ਨੂੰ ਨਹੀਂ ਮਿਲਿਆ ਤੇ ਮੈਨੂੰ ਲੱਗਦਾ ਕਿ ਇਸ ਕਰਕੇ ਸਾਨੂੰ ਕੋਈ ਵੀ ਕਸਰ ਅਸੀਂ ਇਹਨਾਂ ਦੇ EMPLOYEES ਆ ਅਸੀਂ ਇਹਨਾਂ ਦੇ ਟੀਮ ਦੇ ਸਾਥੀ ਆ ਅਸੀਂ ਟੀਮ ਪੰਜਾਬ ਆ ਤੇ ਮੈਨੂੰ ਲੱਗਦਾ ਸਾਨੂੰ ਸਭ ਨੂੰ ਕੋਈ ਵੀ ਕਸਰ ਨਹੀਂ ਛੱਡਣੀ ਚਾਹੀਦੀ ਆਪਣੇ ਮੁੱਖ ਮੰਤਰੀ ਦਾ ਸਾਥ ਦੇਣ ਚ ਤੇ ਆਪਾਂ ਦਾ ਕਿ ਪੰਜਾਬ ਨੂੰ ਨੰਬਰ 1 ਪੰਜਾਬ ਬਣਾ ਸਕੀਏ ਬਹੁਤ